ਜਿਹੜਾ ਅੱਜ ਨਵੇਂ ਅੱਜ ਅਸੀਂ ਇਸ ਵਾਸਤੇ ਖੜ੍ਹੇ ਹਾਂ ਇੱਥੇ ਪ੍ਰਚਾਰ ਕਰ ਰਹੇ ਹਾਂ ਇਸ ਚੀਜ਼ ਦਾ ਕਿ ਜਿਹੜੀ ਪੰਜਾਬੀ ਮਾਂ ਬੋਲੀ ਦੇ ਵਿੱਚ ਲੱਚਰਤਾ ਆ ਰਹੀ ਹੈ ਅਤੇ ਗਾਣਿਆਂ ਦੇ ਵਿੱਚ ਨਿਗਰਦਾ ਜਿਹੜਾ ਲੈਵਲ ਦਿਨੋਂ ਦਿਨ ਥੱਲੇ ਸਿੱਟੀ ਜਾਂਦੇ ਆ, ਉਸ ਚੀਜ਼ ਬਾਰੇ ਕਹਿਣਾ ਚਾਹੁੰਦੇ ਹਾਂ ਕੁਛ ਕਿ ਜਿਹੜੇ ਨਵੇਂ ਗਾਣੇ ਆਏ ਜਾਣੀ ਸ਼ਰਾਬ ਨੂੰ ਪ੍ਰਮੋਟ ਕਰਨਾ। ਪਰਸਨਲ ਲਾਈਫ 'ਚ ਤਾਂ ਇਹ ਤੁਸੀਂ ਸ਼ਰਾਬ ਪੀਂਦੇ ਹੋ ਕੋਈ ਨਹੀਂ, ਹਰੇਕ ਬੰਦੇ ਦਾ ਹੱਕ ਆਪਦੀ ਲਾਈਫ 'ਚ ਆਉਣਾ, ਬਟ ਉਹਨੂੰ ਪ੍ਰਮੋਟ ਕਰਨਾ ਉਸ ਚੀਜ਼ ਨੂੰ ਗਾਣਿਆਂ 'ਤੇ ਗਲੋਰੀਫਾਈ ਕਰਨਾ, ਆਪਣੇ ਸਿੰਗਰਾਂ ਨੂੰ ਇੱਕ ਮੈਸੇਜ ਦੇਣਾ ਚਾਹੁੰਦੇ ਅਸੀਂ ਸਾਰੇ ਇਕੱਠੇ ਹੋ ਕੇ ਕਿ ਇਸ ਚੀਜ਼ ਨੂੰ ਪ੍ਰਮੋਟ ਜਾਂ ਗਲੋਰੀਫਾਈ ਨਾ ਕਰੋ, ਅੱਗੇ ਨਾ ਇਸ ਚੀਜ਼ ਨੂੰ ਵਧਾਓ, ਉਤਸ਼ਾਹਿਤ ਨਾ ਕਰੋ। ਅਤੇ ਖਾਸ ਕਰਕੇ ਜਿਵੇਂ ਕਿ ਗਾਣਾ ਪਿੱਛੇ ਜੇ ਇੱਕ ਆਇਆ ਸੀ ਸ਼ੈਰੀ ਮਾਨ ਦਾ ਕਿ ਅਸੀਂ ਹੋਸਟਲ 'ਚ ਦਾਰੂ ਪੀਣੇ, ਇੱਦਾਂ ਦਾ ਗਾਣਾ ਸੀਗਾ, ਉਸ ਚੀਜ਼ ਨੂੰ ਅੱਗੇ ਨਹੀਂ ਵਧਾਉਣਾ ਚਾਹੀਦਾ। ਆਪ ਜੇ ਤੁਸੀਂ ਉਹ ਕਰਦੇ ਆ ਤਾਂ ਉਹ ਕਰਦੇ ਰਹੋ, ਉਹ ਚੀਜ਼ ਜ਼ਰੂਰ ਆ, ਤੁਹਾਡੀ ਆਪਦੀ ਇੱਕ ਆਜ਼ਾਦੀ ਹੈ, ਬਟ ਉਹਨੂੰ ਸਾਰਿਆਂ ਦੇ ਵਿੱਚ ਗਲੋਰੀਫਾਈ ਨਾ ਕਰੋ ਕਿਉਂਕਿ ਲੋਕ ਤੁਹਾਨੂੰ ਦੇਖ ਰਹੇ ਨੇ। ਇਸ ਕਰਕੇ ਸਾਡੀ ਇਹ ਬੇਨਤੀ ਹੈ ਪਿਆਰ ਨਾਲ ਅਤੇ ਸਾਰੇ ਭਰਾਵਾਂ ਵੀਰਾਂ ਸਿੰਗਰਾਂ ਨੂੰ ਅਸੀਂ ਪਿਆਰ ਨਾਲ ਹੀ ਇੱਧਰਲੇ ਪਾਸੇ ਪੰਜਾਬੀ ਮਾਂ ਬੋਲੀ ਅਤੇ ਆਪਣੇ ਸਹੀ ਸੱਭਿਆਚਾਰ ਨੂੰ ਪ੍ਰਮੋਟ ਕਰਨ ਵਾਸਤੇ ਕਹਿਣਾ ਚਾਹੁੰਦੇ ਹਾਂ, ਇਹੀ ਸਾਡੀ ਬੇਨਤੀ ਹੈ। ਜੀ, ਪੰਜਾਬੀ ਭਾਸ਼ਾ ਇੱਕ ਪਵਿੱਤਰ ਭਾਸ਼ਾ ਹੈ। ਇਸ ਭਾਸ਼ਾ ਦੇ ਵਿੱਚ ਲੱਚਰ ਹਥਿਆਰੀ ਸ਼ਰਾਬੀ ਗਾਣੇ ਗਾ ਕੇ ਇਸ ਭਾਸ਼ਾ ਨੂੰ ਅਪਵਿੱਤਰ ਕਰਨ ਵਾਲੇ ਗਾਇਕ ਵਰਗਾ ਲੋਕਾਂ ਨੂੰ ਬੇਨਤੀ ਅਤੇ ਚੇਤਾਵਨੀ ਵੀ ਹੈ। ਇਹ ਲਾਅ ਸਟੂਡੈਂਟ ਹੈ, ਕਾਨੂੰਨੀ ਕਾਰਵਾਈ ਵੀ ਕਰ ਸਕਦਾ ਹੈ। ਹੋਸਟਲ ਦੇ ਵਿੱਚ ਸਿਰਫ ਦਾਰੂਬਾਜ਼ੀ ਨਹੀਂ ਚੱਲਦੀ ਹੈ, ਹੋਸਟਲ ਦੇ ਵਿੱਚ ਲੋਕ ਪੜ੍ਹ ਕੇ ਆਪਣੀ ਜ਼ਿੰਦਗੀ ਬਣਾਉਂਦੇ ਨੇ। ਤੁਸੀਂ ਗਾਣੇ ਦੇ ਵਿੱਚ ਹੋਸਟਲ ਵਾਲਾ ਕਮਰਾ ਦੇਵੋ ਜੀ, ਯਾਰਾਂ ਨਾਲ ਦਾਰੂ ਪੀਣੀ ਹੈ ਗਾ ਕੇ ਹੋਸਟਲ ਨੂੰ ਬਦਨਾਮ ਕਰਨ ਦੀ ਹਿੰਮਤ ਕੀਤੀ ਹੈ, ਉਹ ਗੈਰ ਕਾਨੂੰਨੀ ਹੈ, ਇਹਨਾਂ ਨੂੰ ਸਜ਼ਾ ਹੋਏਗੀ। ਇਹਨਾਂ ਨੂੰ ਬੇਨਤੀ ਕਰਨ ਨੂੰ ਬੇਨਤੀ ਕਰਨਾ, ਚੇਤਾਵਨੀ ਦੇਣਾ ਤਾਂ ਚੇਤਾਵਨੀ ਦੇਣ ਦੀ ਲੋੜ ਹੈ। ਇਹੋ ਜਿਹਾ ਗਾਣਾ ਗਾ ਕੇ ਬੇਨਤੀ ਕਰਨ ਦੀ ਹਿੰਮਤ ਨਾ ਕਰਿਓ। ਇਹ ਗਾਣਾ ਦੀ ਖਤਮ ਹੋਣਾ, ਇਹ ਗਾਣਾ ਮੈਂ ਮਾਣਯੋਗ ਪੰਜਾਬ ਹਰਿਆਣਾ ਹਾਈਕੋਰਟ ਦੇ ਵਿੱਚ ਕੇਸ ਪਾਇਆ ਜੀ। ਉੱਥੇ 18 ਦਸੰਬਰ ਮੇਰੇ ਡੇਟ ਹੈ, ਸੋਮਵਾਰ 15 ਦਸੰਬਰ ਤੱਕ ਉਹਨਾਂ ਨੂੰ ਸਮਾਂ ਦਿੱਤਾ। ਜੇ ਮਾਫ਼ੀ ਨਹੀਂ ਮੰਗਦੇ ਪੰਜਾਬੀ ਮਾਂ ਬੋਲੀ ਤੋਂ, ਪੰਜਾਬੀ ਸੱਭਿਆਚਾਰ ਤੋਂ, ਮਾਨਯੋਗ ਪੰਜਾਬ ਹਰਿਆਣਾ ਹਾਈਕੋਰਟ ਦੇ ਵਿੱਚ ਇਹਨਾਂ ਦੇ ਸਾਹਮਣੇ ਮੈਂ ਸ਼ੇਖ ਪੇਸ਼ ਕਰਾਂਗਾ। ਇਹ ਲੋਕ ਉਤਸ਼ਾਹਿਤ ਕਰਦੇ ਨੇ, ਦਾਰੂ ਪੀਣ ਲਈ ਉਤਸ਼ਾਹਿਤ ਕਰਦੇ ਨੇ, ਇਹ ਸਜ਼ਾ ਮਿਲੇਗੀ ਇਹਨਾਂ ਨੂੰ।